ਲੈ ਅੱਛਾ ਮੁੰਡਾ ਤੇਰਾ ਹੋ ਗਿਆ 28 ਸਾਲ ਦਾ ਤੇ ਤੂੰ ਹੋ ਗਈ 30 ਸਾਲ ਦੀ 31 ਸਾਲ ਦੀ ਹੈਨਾ ਬਸ ਮੈਨੂੰ ਐ ਲੱਗਦਾ ਵੀ ਥੋੜੇ ਜਿਹਾ ਥੋੜਾ ਹੀ ਫਰਕ ਆ ਵੀ ਤੂੰ ਤੇ ਤੇਰਾ ਮੁੰਡਾ ਇਕੱਠੇ ਹੀ ਜੰਮੇ ਹੋਵੋਗੇ ਅੱਛਾ ਰਮਨ ਨੂੰ ਹੱਥ ਮਾਰ ਕੇ ਇਹੋ ਜਿਹੀਆਂ ਗੱਲਾਂ ਕਰਨ ਡਿਆ ਮੈਂ ਇੱਥੇ ਹੀਰੋਇਨ ਬਣਨਾ ਈ ਤੂੰ ਆਪਦੀ ਫਿਲਮ 'ਚ ਮੈਨੂੰ ਹੀਰੋਇਨ ਲੈ ਚੁੱਪ ਕਰ ਇੱਕ ਮਿੰਟ ਹੀਰੋਇਨ ਦਾ ਫੋਨ ਆਇਆ ਹੈਲੋ ਹਾਂ ਯਾਰ ਇਹ ਗੱਲ ਨਹੀਂ ਬਣਦੀ ਕਿ ਮੈਂ ਤੈਨੂੰ ਪਹਿਲਾਂ ਕਿਹਾ ਸੀਗਾ ਉਹ ਜੀ ਹੀਰੋਇਨ ਲੈ ਕੇ ਆਉਣੀ ਜਿਹੜੀ ਗਲੈਮਰ ਦਿਖਾਵੇ ਹਾਂ ਚੰਗਾ ਚੰਗਾ ਮੈਂ ਪੂਰੇ ਪੈਸੇ ਨਹੀਂ ਦੇਣੇ ਹਾਂ ਕੀ ਕਹਿ ਰਹੀ ਸੀ ਇਹ ਕੀ ਆ ਹੁਣ ਮੈਂ ਹੀਰੋਇਨ ਬਣਨਾ ਆ ਅੱਛਾ ਤਾਂ ਗਲੈਮਰ ਦਿਖਾ ਰਹੀ ਹੈ ਇਹ ਤੂੰ ਹਾਂ ਜੀ ਓਏ ਹੋਏ ਹੋਏ ਸਾਨੂੰ ਐਡਾ ਭੈੜਾ ਗਲੈਮਰ ਨਹੀਂ ਚਾਹੀਦਾ ਸਾਨੂੰ ਚਾਹੀਦਾ ਹੈ ਤੁਸੀਂ ਮੇਰੀ ਗੱਲ ਸੁਣੋ ਮੈਂ ਸਾਰੀਆਂ ਭਾਸ਼ਾਵਾਂ ਬੋਲ ਲੈਣੀ ਆ ਕਿਹੜੀ ਭਾਸ਼ਾ ਆਉਂਦੀ ਤੈਨੂੰ ਮੈਨੂੰ ਪੰਜਾਬੀ ਵੀ ਆਉਂਦੀ ਆ ਹਿੰਦੀ ਵੀ ਆਉਂਦੀ ਆ ਹਿੰਦੀ ਜਾਂਦੀ ਵੀ ਆ ਸਾਰੀਆਂ ਭਾਸ਼ਾ ਆਤੀ ਆ ਮੈਨੂੰ ਸਾਰੀਆਂ ਭਾਸ਼ਾ ਆਤੀ ਆ ਅੱਛਾ ਤੈਨੂੰ ਭਾਸ਼ਾ ਆਉਂਦੀਆਂ ਵੀ ਆਉਂਦੀਆਂ ਆਤੀ ਆ ਆਤੀ ਕੋਈ ਸ਼ੱਕ ਨਹੀਂ ਆ ਆਤੀ ਆ ਕੀ ਆ ਉਹ ਤੇਰੇ 'ਚ ਕੋਈ ਟੈਲੈਂਟ ਹੈ ਹਾਂ ਹੈ ਤੇਰਾ ਚੱਲ ਫਿਰ ਇੱਥੇ ਕੱਢ ਕੇ ਦਿਖਾ ਹੁਣ ਮੈਂ ਕਿੱਥੋਂ ਕੱਢ ਕੇ ਵਿਖਾਵਾਂ ਓ ਯਾਰ ਟੈਲੈਂਟ ਦਾ ਮਤਲਬ ਹੁੰਦਾ ਕੋਈ ਤੈਨੂੰ ਨੱਚਣਾ ਆਉਂਦਾ ਬਥੇਰਾ ਮੈਂ ਤਾਂ ਨੱਚਣਾ ਤੇ ਗਾ ਪਾ ਦੂੰਗੀ ਚੱਲ ਗਾ ਪਾ ਕੇ ਦਿਖਾ ਦੇ ਦੱਸ ਚੱਲ ਵੀ ਸ਼ੁਰੂ ਹੋ ਜਾ ਇਹ ਕਿਹੜੀ ਗੱਲ ਕੀਤੀ ਅਛੜੇ ਜੇਠ ਦੇ ਕੰਮ ਵੇਖ ਲੋ ਛੜੇ ਜੇਠ ਦੇ ਕੰਮ ਵੇਖ ਲੋ ਕੰਮ ਤੇ ਕਰਦਾ ਪਿੰਡ ਵਿੱਚ ਨਹੀਂ ਬਾਲਟੀਆਂ ਨੂੰ ਥੱਲੇ ਲਵਾ ਲੋ ਹੱਕਾ ਦਿੰਦਾ ਪਿੰਡ ਵਿੱਚ ਨਹੀਂ ਬਾਲਟੀਆਂ ਨੂੰ ਥੱਲੇ ਲਵਾ ਲੋ ਦੱਸੋ ਹੁਣ